ਜਿਹੜਾ ਬਾਈਕ ਰਾਈਡਰ ਦਾ ਚੰਗਾ ਵੀਜ਼ਾ ਵਾ 7.5 ਦਾ ਵਾ, ਜਿਹੜਾ ਹਲਕਾ ਵਾ ਜਿਹਦੇ ਤਨਖਾਹ ਦਾ ਪਤਾ ਹੀ ਕੋਈ ਨਹੀਂ ਇੱਥੇ ਮਿਲਣੀ ਵੀ ਆ ਕਿ ਨਹੀਂ, ਉਹਦੇ 'ਚ ਆ ਕੇ ਜਾ ਕੇ 6 ਲੱਖ ਦਾ 6.25 ਦਾ ਵੀ ਲੱਭ ਜਾਂਦਾ। ਹੁਣ ਜਿਹੜੇ ਹਾਲਾਤ ਨਾਲ ਨਾ ਪਿਛਲੇ ਮਹੀਨੇ ਟਾਰਗੇਟ ਹੋਇਆ, ਮੇਰਾ ਨਾ ਅਰਜੀਤ ਦਾ ਬਲਾਗਰ ਦਾ ਹੋਇਆ ਵਾ। ਅਸਲਾਮ ਵਾਲੇਕੁਮ ਜੀ, ਕੀ ਹਾਲ ਚਾਲ, ਉਮੀਦ ਕਰਦਾ ਸਾਰੇ ਵੀਰ ਭਰਾ ਸੱਜਣ ਵਿੱਚ ਠੀਕ ਠਾਕ ਹੋਵੋਗੇ ਅਤੇ ਹਮਜ਼ਾ ਬਲੌਗ ਦੇ ਨਾਲ ਅੱਜ ਫਿਰ ਇੱਕ ਵਾਰੀ ਜੁੜ ਚੁੱਕੇ ਤੁਹਾਡੇ ਨਾਲ ਮੈਂ ਅਤੇ ਅਸਲ ਭਾਈ। ਹਾਂਜੀ ਅਤੇ ਅੱਜ ਮੇਰਾ ਖਿਆਲ ਬਹੁਤ ਬਹੁਤ ਆ ਅਤੇ ਕੰਮ ਸੋਚਦਾ ਵੀ ਕੰਮ ਹੈ ਹੀ ਨਹੀਂ ਗਾ। ਆਹ ਆਈਡੀ ਹੋਣ ਆ ਸਾਡੀ ਕਾਫੀ ਬੰਦਿਆਂ ਦੀ, ਆ ਜਰਾ ਕੈਮਰਾਮੈਨ ਸਾਹਿਬ ਦਿਖਾਉਣ ਅਤੇ ਬੈਠੇ ਸਾਰੇ ਹੁਣ ਅਤੇ ਰਮਜ਼ਾਨ ਨਾਲੋਂ ਵੀ ਜਿਹੜਾ ਹੈਗਾ ਨਾ ਮੰਦੇ ਹਾਲ ਜਾ ਰਹੇ ਆ, ਪਤਾ ਨਹੀਂ ਇੱਦਾਂ ਕਰਕੇ ਸੋਚਦੀ ਅੱਗੇ ਪਿੱਛੇ ਨਿਕਲੇ ਆ ਜਾਂ ਕੀ ਚੱਕਰ ਆ ਹੈ। ਅਤੇ ਕੰਮ ਦੇ ਹਾਲਾਤ ਬਹੁਤ ਜ਼ਿਆਦਾ ਟੋਲ ਅਤੇ ਅਸੀਂ ਆਈਡੀਆਂ ਉਡੀਆਂ ਆਨ ਕਰਕੇ ਬੈਠੇ ਹਾਂ। ਰਾਤ 3 ਵਜੇ ਤੱਕ ਹੁਣ ਸ਼ਿਫਟ ਚੱਕੀ ਦੀ ਆ, ਰਾਤੀ 3 ਆਡਰ ਮਾਰ ਕੇ ਗਏ ਸੀ ਅਤੇ ਬਾਕੀ ਜਿਹੜੇ ਆ 6 ਹੁਣ ਮਾਰੇ ਆ, 9 ਆਡਰ ਹੋ ਗਏ ਆ। ਉਮੀਦ ਕਰਦੇ ਹਾਂ ਵੀ ਸ਼ਾਇਦ ਹੋ ਹੀ ਜਾਣਗੇ 15-16 ਜਿਹੜਾ ਆਪਣਾ ਟਾਰਗੇਟ ਆ। 15-16 ਤਾਂ ਇਹ ਆ ਵੀ ਇੱਕ ਅੱਧੇ ਦਿਨ ਹੋ ਜਾਂਦੇ ਆ, ਦੂਏ ਦਿਨ ਫਿਰ ਪੋਕੀ ਪੈ ਜਾਂਦੀ ਆ। ਕੰਮ ਦੇ ਹਾਲਾਤ ਮੰਦੇ ਆ ਭਾਈਆਂ, ਹਮਦਾ ਸਾਹਿਬ ਦੇਖੋ ਕਿੰਨੇ ਰਾਈਡਰ ਖੜੇ ਆ ਇਸ ਜਗ੍ਹਾ ਤੇ। ਅਸੀਂ ਪਹਿਲਾਂ ਵੀ ਵਲੌਗ ਬਣਾਏ ਆ ਵੀ ਦੇਖਿਆ ਹੈਗਾ, 1-2 ਬੰਦੇ ਖੜੇ ਹੁੰਦੇ ਸੀ, ਹੁਣ ਤਾਂ ਇੱਥੇ 17-18 ਮੋਟਰਸਾਈਕਲਾਂ ਖੜੀਆਂ ਵਾ ਤੇ ਕੰਮ ਹੈ ਨਹੀਂ। ਦੋ ਸ਼ਿਰਕੇ ਹੋਰ ਆ ਗਏ ਆ ਨਾ, ਦੋ ਸ਼ਿਰਕੇ ਹੋਰ ਆ ਗਏ, ਯਾਨੀ ਕਿ ਪਿੱਛੋਂ ਪਾਕਿਸਤਾਨ ਤੋਂ ਆਵਾਮ ਆਈ ਜਾ ਰਹੀ ਆ ਤੇ ਜਿਹੜੇ ਏਜੰਟ ਪਾਕਿਸਤਾਨ ਦੇ ਲੋਕਾਂ ਨੂੰ ਭਲੇ ਭੋਲੇ ਲੋਕਾਂ ਨੂੰ ਲੁੱਟੀ ਜਾ ਰਹੇ ਆ, 7-7, 8-8 ਲੱਗਦਾ। ਬਾਕੀ ਉਹ ਤੇ ਹੈ ਕਿ 6-7 ਲੱਖ ਤੋਂ ਥੱਲੇ ਵੀਜ਼ਾ ਨਹੀਂ ਹੈ। ਹਾਂਜੀ, ਬਲਕਿ ਬਾਈਕ ਰਾਈਡਰ ਦਾ ਹੁਣ ਤਾਂ ਬਾਟਾ ਰੇਟ 7.5 ਲੱਖ ਰੱਖਤਾ ਵਾ। 7.5 ਲੱਖ? ਹਾਂਜੀ, ਬਾਟਾ ਨੇ ਹਾਲਾਤ ਇਹ ਆ। ਪਰ ਇਹ ਵੀ ਕੰਮ ਦੇ ਹਾਲਾਤ ਮੰਦੇ ਆ, ਅਸੀਂ ਬਾਰ ਬਾਰ ਲੋਕਾਂ ਨੂੰ ਕਹਿੰਦੇ ਆ ਕਿ ਹਜੇ ਹਾਲਾਤ ਜਿਹੜਾ ਨਾ ਥੋੜੇ ਬਿਹਤਰ ਹੋ ਲੈਣ, 2-3 ਮਹੀਨੇ ਇੰਤਜ਼ਾਰ ਕਰੋ ਫਿਰ ਇਸ ਮੁਲਕ ਦਾ ਰੁੱਖ ਸਰਦੀਆਂ ਦੇ ਵਿੱਚ ਜਾ ਕੇ। ਹਾਂਜੀ, ਕੰਮ ਬਿਹਤਰ ਹੋ ਜਾਏਗਾ, ਗਰਮੀ ਦੇ ਹਾਲਾਤ ਵੀ ਮੰਦੇ ਆ, ਉਧਰੋਂ ਇੱਕ ਈਦ ਲੰਘੀ ਹੈ ਤੇ ਈਦ ਤੋਂ ਬਾਅਦ ਆਵਾਮ ਨਿਕਲ ਗਈ ਫਿਰਨ ਤੁਰਨ ਵਾਸਤੇ। ਫਿਰਨ ਤੁਰਨ ਵਾਸਤੇ ਆਰਡਰ ਕੋਈ ਦਿੰਦਾ ਨਹੀਂ ਗਾ, ਜੇ ਦਿੰਦਾ ਤੇ ਗਰੋਸਰੀ ਦਾ ਆ ਗਿਆ ਸਮਾਨ, ਐਂ ਬਕਾਲੇ ਬਕੋਲੇ ਦਾ ਆ ਗਿਆ। ਕੈਸ਼ ਦਾ ਆਰਡਰ ਲੱਗ ਜਾਂਦਾ ਵਾ ਤੇ ਅੱਗੋਂ ਕਸਟਮਰ ਜਾਂ ਲੈਂਦਾ ਨਹੀਂ, ਜਾਂ ਉਹ ਕਹਿ ਦਿੰਦਾ ਮੇਰੇ ਕੋਲ ਪੈਸੇ ਹੈ ਨਹੀਂ, ਉਹ ਕਹਿੰਦਾ ਜਾਂ ਕੈਂਸਲ ਕਰਦੇ, ਜਾਂ ਕਹਿੰਦਾ ਮੈਂ ਮੰਗਵਾਈ ਨਹੀਂ ਸੀ ਤਰਫ। ਇੱਦਾਂ ਦੇ ਹਾਲਾਤ ਹੋਏ ਪਏ ਆ ਸਾਊਦੀਆ ਦੇ, ਪਾਕਿਸਤਾਨ ਵਾਲੇ ਮੰਦੇ। ਤੇ ਬਾਕੀ ਇਹ ਵੀ ਬਾਕੀ ਕੰਮਾਂ 'ਚ ਠੀਕ ਆ, ਪੈਸੇ ਬੰਦੇ ਕਮਾਉਣ ਡੇ ਆ, 2-2, 2.5 ਲੱਖ ਵੀ ਕਮਾਉਣ ਡੇ ਆ, 5-5 ਲੱਖ ਵੀ ਕਮਾਉਣ ਡੇ ਆ। ਤੇ ਬਾਈਕ ਰਾਈਡਰ ਦੇ ਹਾਲਾਤ ਥੋੜ੍ਹੇ ਜਿਹੇ ਮਾੜੇ ਹੋਏ ਆ, ਕੋਈ ਨਹੀਂ ਆਪਾਂ ਖੈਰ ਕਰੇਗਾ। ਅਸੀਂ ਮਯੂਸੀ ਨਹੀਂ ਬੁਲਾ ਰਹੇ, ਲੇਕਿਨ ਨਵੇਂ ਬੰਦਿਆਂ ਵਾਸਤੇ ਜੀ ਥੋੜ੍ਹਾ ਜਿਹਾ ਗਾਈਡਨੈਸ ਦੇ ਰਹੇ ਹਾਂ ਕਿ ਨਵੇਂ ਬੰਦੇ ਥੋੜ੍ਹਾ ਜਿਹਾ ਰੁੱਖ ਨਾ ਕਰੋ, ਕਿਉਂਕਿ ਪਿੱਛੋਂ ਤੁਸੀਂ ਸਟੇ ਕਰੋਗੇ ਤੇ ਅਗਲੇ ਬੰਦੇ ਦਾ ਵੀ ਕੰਮ ਸੈੱਟ ਹੋਏਗਾ, ਦੁਬਾਰਾ ਡਿਮਾਂਡ ਵਧੇਗੀ ਬੰਦਿਆਂ ਦੀ। ਜਦੋਂ ਬੰਦੇ ਨਵੇਂ ਨਵੇਂ ਬਾਰ ਬਾਰ ਆਉਣਗੇ ਨਾ ਤੇ ਬੰਦੇ ਵੱਧ ਜਾਣਗੇ ਤੇ ਡਿਮਾਂਡ ਘੱਟ ਜਾਏਗੀ ਕੰਮ ਦੀ, ਤੇ ਬਾਅਦ 'ਚ ਹਾਲਾਤ ਮੰਦੇ ਹੋ ਜਾਣਗੇ, ਉਹਨਾਂ ਨੇ ਫਿਰ ਕਹਿਣਗੇ ਚਲੋ ਬਾਈ ਸ਼ੁਰੂ ਹੋ ਜਾਓ। ਤੇ ਇਹ ਹਾਲਾਤ ਆ। ਹਾਂਜੀ ਅਜੀਤ ਭਾਈ, ਕਿਆ ਹਾਲ ਹੈ, ਕੈਸੇ ਹੈ ਹਾਲਾਤ ਆਪਕੇ ਕੰਮ ਕੇ, ਆਪ ਜ਼ਰਾ ਥੋੜਾ ਸਾ। ਹਾਲਤ ਸਹੀ ਹੈ, ਅੱਲਾਹ ਦਾ ਸ਼ੁਕਰ ਹੈ। ਤੁਸੀਂ ਕੋ ਆਰਡਰ ਪੜ ਰਹੇ, ਤੁਸੀਂ ਕੋ ਨਹੀਂ ਪੜ ਰਹੇ, ਤੇ ਮਾਰਾ ਟਮਾਸ ਨਹੀਂ ਹੈ। ਆਰਡਰ ਕਿੰਨੇ ਲਾਏ ਉਹ ਦੱਸ। 4 ਆਰਡਰ ਅਭੀ ਤੱਕ 10 ਲਾਏ, ਅੱਲਾਹ ਦਾ ਸ਼ੁਕਰ ਹੈ। 10 ਲਾਏ ਹੈ, ਕਿੰਨੇ ਵਜੇ ਰਾਤ ਕੇ ਅਭੀ ਆਇਆ? 2 ਵਜੇ ਆਇਆ ਤਾਂ ਮੇਰੇ। ਇਹ ਝੂਠ ਵੀ ਥੋੜਾ ਸਾ ਜ਼ਿਆਦਾ ਬੋਲਤਾ ਹੈ, ਇਸਕੀ ਆਈਡੀ ਖੋਲ ਕੇ ਚੈੱਕ ਕਰੋ। 6 ਉਰਦੂ ਮੇਂ ਜ਼ਿਆਦਾ ਝੂਠ ਬੋਲਤਾ ਹੈ, ਇਹਦਾ ਪਤਾ ਨਹੀਂ ਲੱਗਦਾ। ਉਰਦੂ ਮੇਂ ਝੂਠ, ਉਰਦੂ ਆਤਾ ਹੀ ਨਹੀਂ, ਥੋੜਾ ਥੋੜਾ ਆਤਾ ਹੈ। ਇਧਰ ਵਾਮ ਰੋ ਰਹੀ ਹੈ, ਇਹ ਦੇਖੋ ਵਾਮ ਸੋ ਰਹੀ ਹੈ। ਦੇਖੋ ਵਾਮ ਵਾਪਸ ਜਾਣੇ ਲੱਗੀ ਆ।
ਪਾਕਿਸਤਾਨ ਕਬੀ ਉਠਾ ਲੋ ਪਾਕਿਸਤਾਨ ਤੋ ਇਧਰ ਆਏ ਜਿਧਰ ਜਾਤੇ ਹਮ ਕਬੀ ਕਬੀ ਚੱਕਰ ਲਗਾ ਜਿਧਰ ਕਬੀ ਆਇਆ ਆਰਡਰ ਉਠਾ ਲੋ ਆਰਡਰ ਛੋੜਨਾ ਨਹੀਂ ਹੈ ਬਾਈ ਇਧਰ ਵੀ ਆਪਣੇ ਨਵਾਂ ਪਾਕਿਸਤਾਨ ਬਣਾਉਣਾ ਹੈ ਅਸੀਂ ਤਾਂ ਸੋਚਿਆ ਸੀ ਕਿ ਅਸੀਂ ਪੈਸੇ ਕਮਾਉਣ ਆਏ ਹਾਂ ਚਲੋ ਪਾਕਿਸਤਾਨ ਦਾ ਕੋਈ ਕਰਜ਼ਾ ਹੀ ਲਿਥੂਗਾ ਜਿਹੜਾ 4-4 ਲੱਖ ਕਮਾਇਆ ਉਹ ਘਰ ਭੇਜਿਓ ਦੱਸੋ ਤਾਂ ਹਾਂ ਉਹ ਤੇ ਹੈ 8 ਲੱਖ ਖਰਚਾ ਕਰਕੇ ਹੈ ਸਾਲ ਹੋ ਗਿਆ 4 ਮਹੀਨੇ ਘਰ 4 ਲੱਖ ਘਰ ਮੇ ਭੇਜੇ 4 ਲੱਖ ਘਰ ਮੇ ਨਹੀਂ ਭੇਜੇ 4-4 ਲੱਖ ਮਹੀਨੇ ਘਰ 4-4 ਲੱਖ ਭੇਜੇਗਾ ਪ੍ਰਾਈਜ਼ ਕੋ 16 ਲੱਖ ਕਾਉਂਟ ਕਰ 16 ਲੱਖ ਰੁਪਇਆ ਮਹੀਨੇ ਦਾ ਅਸੀਂ ਭੇਜਿਆ ਵਾ ਘਰ 16 ਲੱਖ ਠੀਕ ਆ ਤੇ ਜਿਹਦਾ ਹੁਣ ਹਾਲਾਤ ਮੰਦੇ ਹੋਏ ਆ ਭਾਈ ਜਾਨ ਪਾਕਿਸਤਾਨ ਮੇ ਯੇ ਲੋਗ ਬੱਕਰੀਆਂ ਵੀ ਚਰਾਤੇ ਥੇ ਔਰ ਲੋਗੋਂ ਕੀ ਮਜ਼ਦੂਰੀਆਂ ਕਰਦੇ ਥੇ 20-20 ਹਜ਼ਾਰ ਰੁਪਏ ਇਧਰ ਆ ਕੇ ਇਨਕੀ ਹਵਾ ਖਰਾਬ ਹੋ ਗਈ ਹੈ ਯੇ ਪੈਟਰੋਲ ਪੰਪ ਪੇ ਕੰਮ ਕਰਤਾ ਥਾ ਯੇ ਵੀ ਫੈਕਟਰੀ ਮੇ ਕੰਮ ਕਰਤਾ ਥਾ ਮੈਂ ਵੀ ਫੈਕਟਰੀ ਮੇ ਕੰਮ ਕਰਤਾ ਠੀਕ ਹੈ ਅਭੀ ਫੈਕਟਰੀ ਵਾਲਾ ਪੈਟਰੋਲ ਪੰਪ ਮੇ ਮਿਹਨਤ ਕਰ ਰਹੀ ਹੈ ਹੁਣ ਜਾ ਕੇ ਆਪਾਂ ਸਭ ਤੋਂ ਪਹਿਲਾਂ ਫੈਕਟਰੀ ਖਰੀਦ ਲਈ ਹੁਣ ਆਪਾਂ ਛੁੱਟੀ ਜਾਣਾ ਤੇ ਵਾਮ ਦੇ ਕਹਿੰਦੇ ਚੋਰ ਸਾਹਿਬ ਆ ਗਏ ਜੀ ਚਿੱਟਾ ਸੂਟ ਪਾਇਆ ਕਾਟਨ ਦਾ ਪਤਾ ਨਹੀਂ ਇੱਥੇ ਹਾਲਾਤ ਕੀ ਆ ਇੱਥੇ ਮੋਟਰਸਾਈਕਲ ਦੇ ਧੱਕੇ ਖਾਣੇ ਆ ਉੱਥੇ ਜਾ ਕੇ ਜਿਹੜਾ ਨਾ ਪਿੰਡ ਦੀ ਇੱਜ਼ਤ ਹੋ ਗਈ ਬਿਲਕੁਲ ਜੀ ਕਾਟਨ ਦਾ ਸੂਟ ਪਾ ਕੇ ਅਸੀਂ ਸਾਹਮਣੇ ਫਿਰਨਾ ਪਕੜੇ ਦੇ ਜਿਹੜੇ 1.5 ਲੱਖ ਘਰ ਵਾਲਿਆਂ ਨੂੰ ਜਾਂਦਾ ਵਾ ਮੁੜ ਕੇ ਆਣਦੇ ਉਹਨਾਂ ਨੇ ਕਹਿੰਦਾ ਤੁਸੀਂ ਕੀ ਦਿੱਤਾ ਸਾਨੂੰ ਹਾਂਜੀ ਤੇ ਕਿਰਾਏ ਤੇ ਇਹਨੇ ਗੱਡੀ ਲੈ ਲੈਣੀ ਆ ਜਾਂਦੇ ਆ ਠੀਕ ਆ ਤੇ 5,000 ਦਾ ਨੋਟ ਜਿਹੜਾ ਉਤਲੀ ਜੇਬ ਦੇ ਵਿੱਚ ਇਹਨੇ ਰੱਖ ਲੈਣਾ ਵਾ ਇੱਕ ਆਈਫੋਨ ਦੀ ਖਰੀਦ ਕੋ ਪਤਾ ਉਸਕਾ ਛੋਟਾ ਕਰ ਗਿਆ ਤੇ ਅਸ ਨਜ਼ਰ ਆਣਾ ਚਾਹੀਏ 3 ਕਮਰੇ ਹੈ ਇਸਕਾ ਇਨਸ਼ਾਅੱਲਾ ਆਈਫੋਨ ਲੈਂਗੇ ਪਰ ਉਸਤਾ ਜੀ ਹੁਣ ਹਾਲਾਤ ਇਹ 8 ਮਹੀਨੇ ਹੋ ਗਏ ਜਦੋਂ ਦਾ ਆਇਆ ਨਾ ਉਦੋਂ ਦਾ ਕਹਿ ਰਿਹਾ ਮੈਂ ਅੱਜ ਆਈਫੋਨ ਲੈਣਾ ਅੱਜ ਲੈਣਾ ਤੇ ਜਦੋਂ ਤਨਖਾਹ ਲੱਭਦੀ ਆ ਘਰੋਂ ਫੋਨ ਆ ਜਾਂਦਾ ਜੀ 1.5 ਲੱਖ ਐ ਨੂੰ ਭੇਜ ਦਿਓ 2 ਲੱਖ ਐ ਨੂੰ ਭੇਜ ਦਿਓ ਸਮਝ ਨਹੀਂ ਆਉਂਦੀ ਕਿਹੜੀ ਕੰਪਨੀ ਦਾ ਲੈ ਭਾਈ ਇਹਨੇ ਹੁਣ ਰੁਪਇਆ 20-25 ਲੱਖ ਘਰ ਭੇਜ ਹਟਿਆ ਵਾ ਪਿੱਛੋਂ ਪਾਕਿਸਤਾਨ ਵਾਲੇ ਕਹਿੰਦੇ ਪਤਾ ਬਾਕੀ ਕਹਿੰਦਾ ਪੁੱਤ ਅਗਲੇ ਮਹੀਨੇ ਆਈਫੋਨ ਲੈ ਲਈਏ ਇਸ ਮਹੀਨੇ ਰਹਿਣ ਦੇ ਉਹ ਹਰ ਮਹੀਨੇ ਨਵਾਂ ਤੋਂ ਨਵਾਂ ਕੱਟਾ ਖੁੱਲਿਆ ਯਾਨੀ ਕਿ ਗੱਲ ਕਰਨ ਦਾ ਮਕਸਦ ਇਹ ਹੈ ਕਿ ਪਾਕਿਸਤਾਨ ਜਿੰਨੇ ਮਰਜ਼ੀ ਪੈਸੇ ਭੇਜ ਦਿਓ ਪਿਛਲਿਆਂ ਦੇ ਹਾਲਾਤ ਤੰਗ ਹੀ ਰਹਿਣੇ ਆ ਇਹ ਐਸੀ ਰੂਟੀਨ ਚੱਲਦਾ ਹੈ ਪਤਾ ਨਹੀਂ ਕੀ ਮਸਲਾ ਹੈ ਤੇ ਬਾਕੀ ਅੱਲਾ ਬਾ ਖੈਰ ਕਰੇ ਇਨਸ਼ਾਅੱਲਾ ਵੈਸੇ ਕਰਨਾ ਥੋੜੀ ਬਹੁਤ ਗੱਲ ਜਾਂ ਉੱਥੇ ਮਹਿੰਗਾਈ ਹੋਈ ਜਾਂਦੀ ਹੈ ਜਾਂ ਸਾਡੇ ਕੋਲ ਨਹੀਂ ਬਚਦਾ ਥੋੜੀ ਜਿਹੀ ਛੱਡ ਵੀ ਆਉਂਦੀ ਹੈ ਵਿੱਚ ਇੰਨੇ ਵੀ ਪੈਸੇ ਨਹੀਂ ਕਮਾਰੇ ਪਰ ਵਾਲੇ ਹਾਂ ਅੱਲਾ ਦਾ ਸ਼ੁਕਰ ਆ ਜਿਹੜੇ ਪਿਛਲੇ ਮਹੀਨੇ ਸੀ ਜਿਹੜੇ ਕਮਾਏ ਆ ਨਾ ਪਿਛਲੇ 4-5 ਮਹੀਨੇ ਚੰਗੇ ਸਾਡੇ ਲੱਗ ਗਏ ਹੁਣ ਜਿਹੜੇ ਹਾਲਾਤ ਨਾਲ ਨਾ ਪਿਛਲੇ ਮਹੀਨੇ ਟਾਰਗੇਟ ਹੋਇਆ ਮੇਰਾ ਨਾ ਅਜੀਤ ਦਾ ਬਲਾਗਰ ਦਾ ਹੋਇਆ ਵਾ ਬਾਕੀ ਯਾਨੀ ਕਿ 5-6 ਮੁੰਡਿਆਂ ਦਾ ਹੋਰਾਂ ਦਾ ਵੀ ਨਹੀਂ ਹੋਇਆ ਤੇ ਇਸ ਮਹੀਨੇ ਹਾਲਾਤ ਹੋਰ ਮੰਦੇ ਆ ਗਏ ਹੁਣ ਤਾਂ ਹਰ ਬੰਦਾ ਮਿਹਨਤ 'ਚ ਜਾ ਰਿਹਾ ਹਾਂ ਇਹ ਜ਼ਰੂਰ ਆ ਤੂੰ 4 ਦਿਨ ਮਿਹਨਤ ਕਰੀਏ ਤੇ ਅੱਲਾ ਪਾ ਖੈਰ ਕਰੇ ਸ਼ਾਇਦ ਪੁਰਾ ਬਕਾ ਡਿਲੀਵਰੀਆਂ ਵੀ ਮਾਈਨਸ ਤੇ ਜਿਹੜਾ ਵਿੱਚ ਐਪ ਆ ਵੈਲਟ ਆ ਉਹ ਵੀ ਮਾਈਨਸ ਦੇ ਵਿੱਚ ਹੀ ਜਾ ਰਿਹਾ ਵਾ ਕਿਉਂਕਿ ਪੈਸੇ ਲੈ ਲੋਗੇ ਅਸੀਂ ਖਾ ਚੁੱਕੇ ਆ ਹਾਂਜੀ ਇਹਨੂੰ ਹੁਣ ਫੁੱਲ ਕਰਾਵਾਂਗੇ ਅਗਲੀ ਤਨਖਾਹ ਤੇ ਜੇ ਲੱਭੀ ਤਾਂ ਜੇ ਹਿਸਾਬ ਦਾ ਟਾਰਗੇਟ ਪੂਰਾ ਹੋ ਜਾਂਦਾ ਸਾਹਿਬ ਆਪਣੇ ਚਾਹਣ ਵਾਲਿਆਂ ਨੂੰ ਖੈਰਬਾਦ ਕਹੋ ਇਹਨਾਂ ਨੂੰ ਸਾਡੇ ਵਾਸਤੇ ਦੁਆ ਕਰਨ ਬਾਕੀ ਜੀ ਦੁਆ ਕਰੋ ਸਾਡੇ ਵਾਸਤੇ ਅੱਲਾ ਖੈਰ ਕਰੇ ਬਾਕੀ ਰਿਜ਼ਕ ਦੇਣ ਵਾਲੀ ਅੱਲਾ ਦੀ ਦਾਤ ਆ ਜੀ ਬੰਦਾ ਦਵਾਵਾ ਨਾ ਕੁਝ ਨਹੀਂ ਹੁੰਦਾ ਪਰ ਇਹ ਵੀ ਅੱਲਾ ਪਾਕ ਦੀ ਉਮੀਦ ਰੱਖਣੀ ਚਾਹੀਦੀ ਹੈ ਜੀ ਬਿਲਕੁਲ ਜੀ ਤਿੰਨ ਮਾੜੇ ਚੰਗੇ ਹੁੰਦੇ ਰਹਿੰਦੇ ਟੈਨਸ਼ਨ ਨਹੀਂ ਲੈਣੀ ਅਸਾਂ ਸਾਹਿਬ ਨਹੀਂ ਨਹੀਂ ਅਸੀਂ ਸਾਊਦੀਆ ਜੀ ਅਸੀਂ ਕਿਹੜਾ ਪਾਕਿਸਤਾਨ ਠੀਕ ਹੋ ਗਿਆ ਜੀ ਮਿਲਾਂਗੇ ਤੁਹਾਨੂੰ ਅਗਲੇ ਵਲੌਗ ਦੇ ਵਿੱਚ